ਹਾਂਜੀ ਵੀਰ ਜੀ, ਸਾਰੇ ਵੀਰਾਂ ਨੂੰ ਪਹਿਲਾਂ ਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਤੇ ਹੋਰ ਸੁਣਾਓ ਸਾਰੇ ਵੀਰ ਮੇਰੇ ਕਿੱਦਾਂ ਠੀਕ ਠਾਕ ਨੇ? ਉਮੀਦ ਕਰਦਾ ਵਾਹਿਗੁਰੂ ਦੀ ਕਿਰਪਾ ਹੀ ਹੋਵੇਗੀ ਸਾਰਿਆਂ 'ਤੇ। ਅੱਛਾ ਵੀਰ ਜੀ, ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਾ ਵੀ ਅੱਜ ਥੋੜੀਆਂ ਕੰਪਨੀਆਂ ਔਰ ਜਿਹੜੇ ਵੀਰ ਭਰਾ ਐਗਜ਼ਿਟ ਵਗੈਰਾ ਗਏ ਜਾਂ ਜਿਹੜੇ ਛੁੱਟੀ ਗਏ ਸੀ ਜਾਂ ਜਿਹੜੇ ਆਊਟ ਪਾਸਪੋਰਟ 'ਤੇ ਗਏ ਸੀ ਜਾਂ ਜਿਹੜੇ ਜੇਲ੍ਹਾਂ ਰਾਹੀਂ ਗਏ ਸੀ, ਉਹਨਾਂ ਦਾ ਕੀ ਪ੍ਰੋਸੀਜਰ, ਕਦ ਉਹ ਵਾਪਸ ਆ ਸਕਦੇ ਆ, ਉਹਨਾਂ ਬਾਰੇ ਵੀ ਦੱਸਾਂਗੇ। ਅਤੇ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਇੱਕ ਜਿਹੜਾ ਕਤਰ ਦਾ ਲਾਈਸੈਂਸ ਅਤੇ ਦੁਬਈ ਦਾ ਲਾਈਸੈਂਸ, ਇਹਨਾਂ ਦੀ ਦੋਵਾਂ ਦੀ ਡਿਟੇਲ ਨਾਲ ਵੀਡੀਓ ਮੈਂ ਨੈਕਸਟ ਵੀਡੀਓ ਦੇ ਵਿੱਚ ਦੱਸਾਂਗਾ ਵੀ ਕਿਸ ਤਰ੍ਹਾਂ ਇਹਨਾਂ ਦਾ ਕੀ ਪ੍ਰੋਸੀਜਰ ਵਾ ਇਸ ਟਾਈਮ, ਅਤੇ ਕਿੰਨੀ ਕੁ ਦਿੱਕਤ ਆ ਰਹੀ ਜਾਂ ਕਿੰਨੇ ਕੁ ਪੈਸੇ ਲੱਗ ਰਹੇ ਆ ਦੋਵਾਂ ਦੇ ਲਾਈਸੈਂਸ 'ਤੇ, ਕਤਰ ਦਾ ਅਤੇ ਦੁਬਈ ਦਾ। ਠੀਕ ਹੈ ਜੀ, ਇਹ ਰਿਕੁਐਸਟ ਵੀ ਆਈ ਸੀ ਪਹਿਲਾਂ ਵੀ, ਮੇਰਾ ਟਾਈਮ ਨਹੀਂ ਲੱਗਾ ਇਸ ਕਰਕੇ ਵੀਡੀਓ ਨਹੀਂ ਬਣਾ ਸਕਿਆ। ਸੋ ਸਾਰਿਆਂ ਨੂੰ ਪਹਿਲਾਂ ਵੀਰੇ ਮੈਂ ਦੱਸਦਾ, ਅਬਦੁੱਲਾ ਅਲ ਖਤਾਨੀ ਕੰਪਨੀ ਹੈ ਜੀ, ਅਬਦੁੱਲਾ ਅਲ ਖਤਾਨੀ ਦਮਾਮ ਦੀ। ਠੀਕ ਹੈ ਜੀ, ਅਤੇ ਰਿਗ ਦਾ ਇਹਦਾ ਪਾਈਪਲਾਈਨ ਦਾ ਕੰਮ ਆ, ਰਿਗ ਮੂਵ ਦਾ ਪਾਈਪਲਾਈਨ ਦਾ ਕੰਮ ਆ, ਰਮਕੋ ਦਾ ਰਮਕੋ ਪ੍ਰੋਜੈਕਟ ਵਾ, ਅਤੇ ਇਹਦੇ ਵਿੱਚ ਆਪਣਾ ਵੀਰ ਭਰਾ ਵੀ ਹੈਗਾ ਵਾ ਜਿਹਦੇ ਨਾਲ ਗੱਲਬਾਤ ਹੋਈ ਸੀ ਅਲ ਖਤਾਨੀ ਵਾਲੇ ਨਾਲ, ਅਬਦੁੱਲਾ ਅਲ ਖਤਾਨੀ। ਰਿਗ ਮੂਵ ਦਾ ਕੰਮ ਆ, ਪਾਈਪਲਾਈਨ ਪਾਉਂਦੀ ਹੈ ਕੰਪਨੀ। ਠੀਕ ਹੈ ਜੀ, ਅਤੇ ਕੰਪਨੀ ਵੀਰੇ ਚੱਕਦੀ ਆ ਰਿਟਰਨ ਸਿਰਫ, ਹੋ ਸਕਦਾ ਡਿਮਾਂਡ ਇਹਦੀ ਜਾ ਰਹੀ ਸੀ, ਮੈਨੂੰ ਆਈ ਸੀ ਥੋੜ੍ਹੀ ਜਿਹੀ ਡਿਮਾਂਡ, ਪਤਾ ਨਹੀਂ ਕਿਹੜੇ ਏਜੰਟ ਕੋਲ ਸੀ, ਮੈਂ ਨਹੀਂ ਦੇਖੀ, ਅਤੇ ਇਹ ਨਾ ਰਿਟਰਨ ਬੰਦੇ ਚੱਕ ਰਹੀ ਆ। ਅਤੇ ਸੈਲਰੀ ਆ ਜਿਹੜੀ ਇਹਦੇ ਵਿੱਚ ਵੀਰੇ 1500+200, 1700 ਸੈਲਰੀ ਲੱਗ ਰਹੀ ਆ ਅਲ ਖਤਾਨੀ ਦੇ ਵਿੱਚ, 1500+200, 1700 ਲੱਗਦੀ ਆ ਵੀਰੇ ਸੈਲਰੀ। ਅਤੇ ਜੇਕਰ ਮਤਲਬ ਰਿਗ ਦੇ ਮਤਲਬ ਕੰਮ ਨਾ ਚੱਲੇ ਫਿਰ ਤੁਹਾਨੂੰ ਉਹ 1700 ਮਿਲਣੀ ਆ। ਉਹ ਵੀਰ ਨੇ ਦੱਸਿਆ ਵੀ 3 ਸਾਲਾਂ ਦੇ ਵਿੱਚ 1 ਮਹੀਨਾ ਬਸ ਉਹਨੇ ਸੈਲਰੀ ਆ ਜਿਹੜੀ 1700 ਚੱਕੀ ਆ, ਨਹੀਂ ਤਾਂ 3000 ਤੋਂ ਹਮੇਸ਼ਾ ਉੱਪਰ ਹੀ ਚੱਕੀ ਆ। ਅਤੇ ਉਹ ਪਲੱਸ 10 ਰੁਪਏ ਘੰਟਾ ਦਿੰਦੀ ਹੈ ਜਿੰਨਾ ਵੀ ਓਵਰ ਟਾਈਮ ਲੱਗੂਗਾ। ਜਦੋਂ ਤੁਸੀਂ ਰਿਗ 'ਤੇ ਚੱਲ ਗਏ, ਕੰਮ 'ਤੇ ਚੱਲ ਗਏ, ਫਿਰ ਤੁਹਾਨੂੰ ਉਹ ਜਿਹੜੀ ਆ ਕਿ ਰੋਟੀ ਦੇ ਪੈਸੇ ਆ ਉਹ ਪ੍ਰੋਵਾਈਡ ਕਰਦੀ ਹੈ, ਖਾਣਾ ਵੀ ਨਹੀਂ ਤਾਂ ਦਿੰਦੀ ਹੈ, ਨਹੀਂ ਤਾਂ ਪੈਸੇ ਪ੍ਰੋਵਾਈਡ ਕਰਦੀ ਹੈ, ਤੁਹਾਨੂੰ ਪੈਸੇ ਦਿੰਦੀ ਹੈ ਰੋਟੀ ਪਾਣੀ ਦੇ, ਜਿਸ ਹਿਸਾਬ ਨਾਲ ਤੁਹਾਡਾ ਉੱਥੇ ਓਵਰ ਟਾਈਮ ਲੱਗ ਰਿਹਾ ਵਾ, ਅਤੇ ਓਵਰ ਟਾਈਮ ਦੇ ਵੀ ਪੈਸੇ ਦਿੰਦੀ ਹੈ। ਠੀਕ ਹੈ ਜੀ, ਅਤੇ ਐਮਰਜੈਂਸੀ ਛੁੱਟੀ ਜਾਣ ਵਾਸਤੇ ਗਰੰਟੀ ਭਰਨੀ ਪੈਂਦੀ ਹੈ, ਐਮਰਜੈਂਸੀ ਛੁੱਟੀ ਦੇ ਦਿੰਦੀ ਆ, ਬਟ ਇਹ ਆ ਕਿ ਟਿਕਟ ਤੁਹਾਨੂੰ ਆਪਣੀ ਲੈਣੀ ਪਏਗੀ ਅਲ ਖਤਾਨੀ ਦੇ ਵਿੱਚ। ਅਤੇ ਇਹ ਆ ਕਿ 2800 ਤੋਂ ਲੈ ਕੇ ਅਤੇ ਉੱਪਰ ਉੱਪਰ ਤੱਕ ਜਿੰਨੀ ਮਿਹਨਤ ਕਰਦੇ ਆ ਬੰਦਾ, ਉਹਨੇ ਦੱਸਿਆ ਵੀ 3000, 3200, 3500, 3800 ਵੀ ਬਣਾਉਂਦੇ ਆ ਕਈ ਵੀਰ, ਪਰ ਇਹ ਆ ਕਿ ਆਉਂਦਾ ਵੀ 2800, 3000 ਲਾਜ਼ਮੀ ਆ ਕਿ ਬੰਦਾ ਬਣਾ ਲੈਂਦਾ ਵਾ ਉਹ ਵਾਲੀ ਅਬਦੁੱਲਾ ਅਲ ਖਤਾਨੀ ਦੇ ਵਿੱਚ ਜਿਹੜਾ ਰਿਗ ਮੂਵ ਦਾ ਪਾਈਪਲਾਈਨ ਦਾ ਕੰਮ ਕਰਦੀ ਆ। ਅਤੇ ਬਾਕੀ ਸਾਰਿਆਂ ਪਾਸੇ ਸਹੀ ਆ, ਬਸ ਇਹ ਆ ਕਿ ਛੁੱਟੀ ਜਾਣਾ ਵਾ ਪਹਿਲਾਂ 2 ਸਾਲ ਤੋਂ ਜਾਂ ਕਿਸ ਤਰ੍ਹਾਂ ਵੀ, ਫਿਰ ਉਹ ਗਰੰਟਡ ਮੰਗਦੀ ਆ ਬੰਦਾ। ਠੀਕ ਹੈ ਜੀ, ਕਿਸੇ ਦੇ ਸਾਈਨ ਵਗੈਰਾ ਕਰਾ ਕੇ ਟਿਕਟ ਤੁਹਾਨੂੰ ਆਪਣੀ ਲੈਣੀ ਪਏਗੀ। ਤਨਖਾਹ ਤੁਹਾਨੂੰ ਮੈਂ ਦੱਸਤੀ ਹੈ ਵੀ 2500-3000 ਦੇੜ ਗੜ ਆਉਂਦੀ ਆ। ਜੇਕਰ ਉਹ ਆਉਂਦਾ ਵੀ ਨਾ ਚੱਲੇ ਕੰਮ, ਮਤਲਬ ਵੀ ਨਾ ਕੰਮ 'ਤੇ ਜਾਈਏ, ਜਿਸ ਤਰ੍ਹਾਂ ਪਾਈਪਲਾਈਨ ਦਾ ਕੰਮ ਰੁਕਿਆ ਹੋਵੇ ਜਾਂ ਕੋਈ ਚੱਕਰ ਹੋਵੇ, ਅਤੇ ਉਦੋਂ ਤੁਹਾਨੂੰ ਸਿਰਫ ਉਹ ਕੰਪਨੀ 1700 ਸੈਲਰੀ ਪ੍ਰੋਵਾਈਡ ਕਰੇਗੀ, ਉਸ ਤੋਂ 1 ਵੀ ਰੁਪਇਆ ਉੱਪਰ ਨਹੀਂ ਦੇਵੇਗੀ। ਹਾਲਾਂਕਿ ਉਸਨੇ ਦੱਸਿਆ 3 ਸਾਲਾਂ ਦੇ ਵਿੱਚ ਸਿਰਫ 1 ਵਾਰੀ ਉਹਦੇ ਨਾਲ ਇਸ ਤਰ੍ਹਾਂ ਆਇਆ ਵੀ ਉਹਨੇ 1700 ਸੈਲਰੀ ਚੱਕੀ ਹੋਵੇ ਰੂਮ ਦੇ ਵਿੱਚ ਬਹਿ ਕੇ ਕੰਮ 'ਤੇ ਨਹੀਂ ਗਿਆ ਕਰਕੇ, ਫਿਰ ਵੀ 1700 ਸੈਲਰੀ ਆ ਜਿਹੜੀ ਉਹ ਕੰਪਨੀ ਦੇ ਦਿੰਦੀ ਆ ਜੇਕਰ ਕੰਮ ਨਾ ਵੀ ਚੱਲੇ ਤੇ। ਅਤੇ 2 ਕੰਪਨੀਆਂ ਵੀਰੇ ਹੋਰ ਆ ਸੇਮ, ਇੱਕ ਹੈਗੀ ਆ ਅਲ ਸੈਫ ਜਿਹੜੀ EL ਤੋਂ ਪੈਂਦੀ ਆ, EL ਅਲ ਸੈਫ ਕੰਪਨੀ। ਠੀਕ ਹੈ ਜੀ, ਅਤੇ ਇੱਕ ਹੈਗੀ ਆ AL ਅਲ ਸੈਫ ਟਰਾਂਸਪੋਰਟ। ਇਹ 2 ਕੰਪਨੀਆਂ ਜੀ ਵੱਖ ਵੱਖ ਵਾ, ਅਤੇ ਕਈ ਵੀਰ ਕਹਿੰਦੇ ਅਲ ਸੈਫ ਵੀਰੇ ਕਿੱਦਾਂ ਦੀ ਆ ਕੰਪਨੀ ਅਲ ਸੈਫ। ਸੋ ਇਸ ਕਰਕੇ ਵੀਰਾਂ ਨੂੰ ਮੈਂ ਬੇਨਤੀ ਕਰਨਾ ਚਾਹਾਂਗਾ, ਕਦੀ ਵੀ ਤੁਸੀਂ ਕੋਈ ਕੰਪਨੀ ਬਾਰੇ ਪੁੱਛਣਾ ਵਾ ਉਹਦੀ ਮੈਨੂੰ ਪਿੱਕ ਵਗੈਰਾ ਸੈਂਡ ਕਰਿਆ ਕਰੋ, ਨਹੀਂ ਤਾਂ ਪ੍ਰੋਪਰ ਨੇਮ ਲਿਖ ਕੇ ਸੈਂਡ ਕਰਿਆ ਕਰੋ। ਠੀਕ ਹੈ ਜੀ, ਪਹਿਲਾਂ ਗੂਗਲ 'ਚ ਚੈੱਕ ਕਰਿਆ ਕਰੋ ਵੀ ਉਹਦੀ ਕੋਈ ਗੱਡੀ ਦੀ ਫੋਟੋ ਵਗੈਰਾ ਨਿਕਲਦੀ ਆ, ਲੋਕੇਸ਼ਨ ਨਿਕਲਦੀ ਆ, ਜੇਕਰ ਲੋਕੇਸ਼ਨ ਨਿਕਲਦੀ ਕਿੱਥੋਂ ਨਿਕਲਦੀ ਉਹਦਾ ਵੀ ਸਕਰੀਨਸ਼ੋਟ ਨਾਲ ਭੇਜਿਆ ਕਰੋ, ਤਾਂ ਕਿ ਅਸੀਂ ਜਿਹੜੇ ਮਤਲਬ ਸਿਟੀ ਦੀ ਕੰਪਨੀ ਹੁੰਦੀ ਆ ਅਸੀਂ ਉਹ ਸਿਟੀ ਵਾਲੇ ਵੀਰਾਂ ਨੂੰ ਮੈਸੇਜ ਕਰਕੇ ਛੇਤੀ ਤੋਂ ਛੇਤੀ ਕੰਪਨੀ ਦਾ ਪਤਾ ਕਰਾ ਸਕਦੇ ਹਾਂ। ਜਦੋਂ ਤੁਸੀਂ ਸਿਰਫ ਕੰਪਨੀ ਦਾ ਨਾਮ ਜਿਹਾ ਭੇਜ ਦਿੰਦੇ ਜੋ, ਨਾ ਕੰਮ ਦੱਸਦੇ ਜੋ, ਨਾ ਸਿਟੀ ਦੱਸਦੇ ਜੋ, ਤਾਂ ਫਿਰ ਉਹ ਕੰਪਨੀ ਲੱਭਣੀ ਥੋੜ੍ਹੀ ਔਖੀ ਹੋ ਜਾਂਦੀ ਆ। ਸੋ ਇਸ ਕਰਕੇ ਪਹਿਲਾਂ ਗੂਗਲ ਦੇ ਵਿੱਚ ਉਹ ਕੰਪਨੀ ਦਾ ਨਾਮ ਸਰਚ ਕਰਕੇ ਵੇਖਿਆ ਕਰੋ ਪ੍ਰੋਪਰ ਵੀ ਉਹ ਕੰਪਨੀ ਕਿੱਥੋਂ ਨਿਕਲ ਰਹੀ ਹੈ, ਕਿਹੜੀ ਸਿਟੀ ਦੀ ਨਿਕਲ ਰਹੀ ਹੈ, ਅਤੇ ਕਿਹੜੀਆਂ ਗੱਡੀਆਂ ਦੀਆਂ ਪਿੱਕ ਆ ਰਹੀਆਂ, ਅਤੇ ਉਹਨਾਂ ਦੀਆਂ ਮੈਨੂੰ ਤੁਸੀਂ ਪਿੱਕ ਆ ਜਿਹੜੀਆਂ ਉਹ ਸੇਵ ਕਰਕੇ ਮੇਰੇ ਵਟਸਐਪ ਨੰਬਰ 'ਤੇ ਭੇਜਿਆ ਕਰੋ ਤਾਂ ਜੋ ਛੇਤੀ ਲੱਭ ਸਕੇ। ਅਤੇ ਇਹ ਤੁਹਾਨੂੰ 2 ਦੱਸਤੀਆਂ ਅਲ ਸੈਫ, ਠੀਕ ਹੈ ਜੀ, ਇੱਕ EL ਤੋਂ ਪੈਂਦੀ ਅਲ ਸੈਫ ਕੰਪਨੀ, ਇੱਕ ਪੈਂਦੀ ਆ AL ਅਲ ਸੈਫ ਟਰਾਂਸਪੋਰਟ। ਠੀਕ ਹੈ ਜੀ, ਦੋਵੇਂ ਕੰਪਨੀਆਂ ਠੀਕ ਹੈ ਵੀਰੇ, ਦੋਵੇਂ ਕੰਪਨੀਆਂ ਮਾੜੀਆਂ ਨਹੀਂ ਆ। ਅਤੇ ਹੁਣ ਮੈਂ ਦੱਸਦਾ ਹਾਂ ਤੁਹਾਨੂੰ ਵੀਰੇ ਵੀ ਜਿਹੜੇ ਵੀਰ ਭਰਾ ਜੇਲ੍ਹਾਂ ਰਾਹੀਂ ਗਏ ਸੀ, ਛੁੱਟੀ ਗਏ ਸੀ ਜਾਂ ਆਊਟ ਪਾਸਪੋਰਟਾਂ 'ਤੇ ਗਏ ਸੀ ਸਾਊਦੀ ਤੋਂ ਫਾਈਨਲ ਗਏ ਸੀ ਜਾਂ ਕਿਸ ਤਰ੍ਹਾਂ ਗਏ ਸੀ, ਉਹ ਕਦ ਵਾਪਸ ਆ ਸਕਦੇ ਆ। ਜ਼ਿਆਦਾਤਰ ਕਈ ਵੀਰ ਪੁੱਛ ਰਿਹਾ ਕਿ ਅਸੀਂ ਵੀਰ ਜੀ ਚਿੱਟੇ ਪਾਸਪੋਰਟਾਂ 'ਤੇ ਜਿਹੜੇ ਵੀਰ ਗਏ ਹੋਏ ਸੀ ਵੀ ਅਸੀਂ ਵੀਰੇ ਕਿਸ ਤਰ੍ਹਾਂ ਆ ਸਕਦੇ ਜਾਂ ਕਿੱਦਾਂ ਆ ਸਕਦੇ ਹਾਂ। ਜਦੋਂ ਅੰਬੈਸੀ ਨੇ ਵੀਰੇ ਛੂਟ ਦਿੱਤੀ ਸੀ ਨਾ ਵੀ ਜਿਹੜੇ ਵੀਰ ਭਰਾ ਜਾ ਸਕ ਜਾਣਾ ਚਾਹੁੰਦੇ ਆ ਜਾ ਸਕਦੇ ਆ,
ਜਿਹੜੇ ਵੀ ਨਹੀਂ ਕੰਮ ਕਰਨ ਦੇ ਜਾਂ ਸੌਦੀ ਉਹਨਾਂ ਤੰਗ ਕਰਨ ਦੇ ਜਾਂ ਕੋਈ ਗੱਲਬਾਤ ਜਾਂ ਭੱਜੇ ਹੋਏ ਆ, ਜਿਨ੍ਹਾਂ ਵੀਰਾਂ 'ਤੇ ਕੁਛ ਨਹੀਂ ਸੀ ਲੱਗਾ ਐਗਜ਼ਿਟ ਦੇ ਰਾਹੀਂ ਉਹ ਗਏ ਆ ਆਊਟਪਾਸ ਸੀਟਾਂ ਬਣਾ ਕੇ, ਅਤੇ ਉਹਨਾਂ ਨੂੰ ਕੰਪਨੀ ਨੇ ਐਗਜ਼ਿਟ ਦਾ ਉਹ ਕੰਪਨੀ ਕਹਿ ਰਿਹਾ ਸੋਰੀ ਅੰਬੈਸੀ ਨੇ ਉਹਨਾਂ ਨੂੰ ਐਗਜ਼ਿਟ ਦਾ ਪੇਪਰ ਦਿੱਤਾ ਵਾ, ਉਹ ਵੀਰ ਆ ਸਕਦੇ ਆ, ਠੀਕ ਹੈ ਜੀ, ਜਦੋਂ ਮਰਜ਼ੀ। ਅਤੇ ਜਿਹੜੇ ਵੀਰੇ ਜੇਲ੍ਹਾਂ ਰਾਹੀਂ ਗਏ ਆ ਆਊਟ ਪਾਸਪੋਰਟ 'ਤੇ, ਉਹ ਵੀਰੇ 5 ਸਾਲ ਨਹੀਂ ਆ ਸਕਦੇ। ਜਿਹੜੇ ਜੇਲ੍ਹਾਂ ਰਾਹੀਂ ਵੈਸੇ ਗਏ ਸੀ ਨਾ 2 ਨੰਬਰ ਦੇ ਵਿੱਚ ਜਾਂ ਕਿਸ ਤਰ੍ਹਾਂ ਵੀ ਫੜ ਕੇ ਸੁਰਤਿਆਂ ਭੇਜੇ ਜਾਂ ਕੋਈ ਦਲਾਲਾਂ ਥਰੂ ਗਿਆ ਵਾ, ਉਹਨਾਂ ਲਈ ਵੀਰੇ 5 ਸਾਲ ਦੀ ਨੋ ਐਂਟਰੀ ਹੁੰਦੀ ਹੈ, ਠੀਕ ਹੈ ਜੀ। ਅਤੇ ਕਈ ਵੀਰ ਕਹਿ ਰਹੇ ਕਿ ਸਾਡਾ ਅਸੀਂ ਵੀਰੇ ਕੰਪਨੀ ਨੇ ਸਾਡਾ ਐਗਜ਼ਿਟ ਲਾਇਆ ਸੀ ਅਤੇ ਸਾਨੂੰ ਐਗਜ਼ਿਟ ਦਾ ਪੇਪਰ ਵੀ ਕੰਪਨੀ ਨੇ ਦਿੱਤਾ ਵਾ, ਪਰ ਸਾਡਾ ਘਾਮਾ ਸੀ ਉਹ ਬਣਿਆ ਹੋਇਆ ਸੀ, ਉਹ ਹਜੇ ਬਾਕੀ ਸੀ। ਅਤੇ ਵੀਰੇ ਉਹਦੀ ਕੋਈ ਚੱਕਰ ਨਹੀਂ ਹੁੰਦਾ, ਜਦੋਂ ਕੰਪਨੀ ਨੇ ਤੁਹਾਨੂੰ ਐਗਜ਼ਿਟ ਲਗਾ ਦਿੱਤਾ ਨਾ, ਭਾਵੇਂ ਘਾਮਾ ਤੁਹਾਡਾ 2 ਮਹੀਨੇ ਬਾਕੀ, ਭਾਵੇਂ 6 ਮਹੀਨੇ ਬਾਕੀ, ਭਾਵੇਂ 8 ਮਹੀਨੇ ਬਾਕੀ, ਉਹਦਾ ਉਹ ਚੀਜ਼ ਨਾਲ ਇੰਨਾ ਤਲਕ ਨਹੀਂ ਹੁੰਦਾ। ਜਦੋਂ ਤੁਹਾਡਾ ਐਗਜ਼ਿਟ ਲੱਗ ਗਿਆ, ਫਾਈਨਲ ਲੱਗ ਗਿਆ, ਕੰਪਨੀ ਨੇ ਤੁਹਾਨੂੰ ਪੇਪਰ ਦੇ ਦਿੱਤਾ, ਬਸ ਗੱਲ ਖਤਮ, ਫਿਰ ਉਹ ਘਾਮਾ ਨਹੀਂ ਚੱਲਦਾ ਹੁੰਦਾ। ਉਹ ਭਾਵੇਂ ਨੈੱਟ 'ਤੇ ਉੱਦਾਂ ਸ਼ੋਅ ਕਰ ਰਿਹਾ ਕਿ ਹਾਂ ਤੁਹਾਡਾ ਘਾਮਾ ਨੰਬਰ ਸੀ ਆ ਘਾਮਾ ਵਾ, ਉਹ ਗੱਲ ਵੱਖਰੀ ਹੈ, ਪਰ ਤੁਹਾਡਾ ਐਗਜ਼ਿਟ ਲੱਗ ਚੁੱਕਾ ਹੈ। ਉਹ ਘਾਮਾ ਇਸੇ ਕਾਰਨ ਹੁੰਦਾ ਵਾ ਵੀ ਤੁਸੀਂ ਉਹ ਘਾਮਾ ਪਾ ਕੇ ਚੈੱਕ ਕਰ ਸਕੋ ਵੀ ਤੁਹਾਡਾ ਐਗਜ਼ਿਟ ਲੱਗ ਗਿਆ ਕਿ ਛੁੱਟੀ ਲੱਗੀ ਆ, ਠੀਕ ਹੈ ਜੀ। ਅਤੇ ਜਿਹੜੇ ਵੀਰਾਂ ਭਰਾਵਾਂ ਦੀ ਛੁੱਟੀ 'ਤੇ ਗਏ ਸੀ ਵਾਪਸ ਨਹੀਂ ਆਏ, ਉਹਨਾਂ ਦਾ ਬੜਾ ਸਵਾਲ ਆ ਵੀਰੇ, ਅਸੀਂ ਕਿਸ ਤਰ੍ਹਾਂ ਆ ਸਕਦੇ ਹਾਂ? ਇੱਥੇ ਇੰਡੀਆ ਦੇ ਵਿੱਚ ਕੋਈ ਦਲਾਲ ਹੈਗਾ ਵਾ ਜਿਹੜਾ ਪੈਸੇ ਲੈ ਕੇ ਸਾਨੂੰ ਮਤਲਬ ਵੀ ਐਗਜ਼ਿਟ ਮਾਰ ਦੇ ਅਤੇ ਅਸੀਂ ਚੱਲ ਜਾਈਏ? ਅਤੇ ਫਿਲਹਾਲ ਮੈਂ ਤੁਹਾਨੂੰ ਦੱਸਦਾ ਵੀਰੇ, ਮੇਰੇ ਕੋਲ ਤਾਂ ਇਸ ਟਾਈਮ 3-4 ਸਾਲਾਂ ਤੱਕ ਕੋਈ ਵੀ ਇਹੋ ਜਿਹੇ ਵੀਰ ਨੇ ਕੌਲ ਨਹੀਂ ਕੀਤੀ ਕਿ ਜਿਹੜਾ ਇੰਡੀਆ ਤੋਂ ਕੋਈ ਐਗਜ਼ਿਟ ਲਵਾ ਕੇ ਵਾਪਸ ਆ ਗਿਆ ਹੋਵੇ ਛੁੱਟੀ ਦਾ, ਠੀਕ ਹੈ ਜੀ। ਉੱਦਾਂ ਜਿਹੜੇ ਕਈ ਵੀਰ ਛੁੱਟੀ ਲਗਾ ਕੇ 6 ਕੁ ਮਹੀਨਿਆਂ ਬਾਅਦ ਜਾਂ 8 ਮਹੀਨਿਆਂ ਬਾਅਦ ਵਾਪਸ ਜ਼ਰੂਰ ਆਏ ਆ, ਉਹ ਕਿਸ ਤਰ੍ਹਾਂ ਆਏ ਆ ਉਹ ਮੈਂ ਤੁਹਾਨੂੰ ਪ੍ਰੋਸੀਜਰ ਸਮਝਾ ਦੇਣਾ, ਠੀਕ ਹੈ ਵੀਰੇ। ਜਿੱਦਾਂ ਮੰਨ ਲਓ ਕਿ ਮੈਂ ਆਪਣੇ ਮਾਲਕ ਕੋਲ ਵੀਰੇ ਕੰਮ ਕਰ ਰਿਹਾ ਅਤੇ ਮੈਂ ਛੁੱਟੀ ਚੱਲ ਜਾਂਦਾ ਵਾਂ, ਛੁੱਟੀ ਜਾ ਕੇ ਮੈਨੂੰ ਕੋਈ ਉੱਧਰ ਐਮਰਜੈਂਸੀ ਕੰਮ ਪੈ ਗਿਆ ਜਿਹਦੇ ਕਾਰਨ ਮੈਂ ਵਾਪਸ ਨਹੀਂ ਆ ਸਕਿਆ, ਅਤੇ ਬਾਅਦ ਵਿੱਚ ਮੇਰੀ ਛੁੱਟੀ ਖਤਮ ਹੋ ਜਾਂਦੀ, ਛੁੱਟੀ ਖਤਮ ਹੋਣ ਤੋਂ ਬਾਅਦ ਕੀ ਹੁੰਦਾ ਕਿ ਨੋ ਐਂਟਰੀ ਚਾਲੂ ਹੋ ਜਾਂਦੀ ਆ। ਜਿਹੜਾ ਵੀ ਬੰਦਾ ਅੱਜ ਦੇ ਜਾਂ ਅੱਜ ਤੋਂ 2-3 ਸਾਲ ਪਹਿਲਾਂ ਗਿਆ, ਉਹਦੀ 3 ਸਾਲ ਦੀ ਨੋ ਐਂਟਰੀ ਹੈ ਵੀਰੇ। 2015 ਤੋਂ ਜਿੰਨੇ ਵੀ ਬਾਅਦ 'ਚ ਆਏ ਨਾ, ਉਹਨਾਂ ਦੀ 3 ਸਾਲ ਦੀ ਨੋ ਐਂਟਰੀ ਆ ਜਦੋਂ ਇੱਕ ਵਾਰੀ ਛੁੱਟੀ ਖਤਮ ਹੋ ਗਈ, ਅਤੇ ਬਾਅਦ ਵਿੱਚ ਮੰਨ ਲਓ ਕਿ ਮੇਰੀ ਛੁੱਟੀ ਖਤਮ ਹੋ ਗਈ, ਮੇਰੀ ਨੋ ਐਂਟਰੀ ਚਾਲੂ ਹੋ ਜਾਣੀ ਆ 3 ਸਾਲਾਂ ਤੱਕ। 3 ਸਾਲਾਂ ਤੱਕ ਫਿਰ ਕੋਈ ਵੀ ਬੰਦਾ ਸਾਊਦੀ ਨਹੀਂ ਆ ਸਕਦਾ ਜਿਹੜੇ ਛੁੱਟੀ ਗਿਆ ਵਾਪਸ ਨਹੀਂ ਆਉਂਦਾ। ਤੇ ਬਟ ਜੇ ਮੈਂ ਚਾਹਵਾਂ ਸਾਊਦੀ ਆਉਣਾ, ਫਿਰ ਮੈਂ ਇਸੇ ਮਾਲਕ ਦੇ ਕੋਲ ਆ ਸਕਦਾ ਵਾਂ, ਜਿਹੜੇ ਮਾਲਕ ਕੋਲੋਂ ਮੈਂ ਗਿਆ ਸੀ, ਭਾਵੇਂ ਮੈਨੂੰ ਹਜੇ ਸਾਲ ਹੀ ਹੋਇਆ ਵਾ, ਫਿਰ ਮੇਰਾ ਮਾਲਕ ਕੁਛ ਪੇਪਰ ਹੁੰਦੇ ਆ ਗੌਰਮੈਂਟ ਦੇ ਵੱਲੋਂ, ਉਹ ਤਿਆਰ ਕਰਕੇ ਮੈਨੂੰ ਨਵਾਂ ਵੀਜ਼ਾ ਭੇਜੂਗਾ ਉਹ ਪੇਪਰਾਂ ਦੇ ਨਾਲ, ਠੀਕ ਹੈ ਜੀ। ਫਿਰ ਨਵੇਂ ਵੀਜ਼ੇ 'ਤੇ ਆਉਣਾ ਪੈਣਾ, ਛੁੱਟੀ ਗਿਆ ਬੰਦਾ ਇੱਦਾਂ ਨਹੀਂ ਆਊਗਾ, ਉਹ ਨਵਾਂ ਵੀਜ਼ਾ ਮੈਨੂੰ ਮੇਰਾ ਮਾਲਕ ਫਿਰ ਭੇਜੂਗਾ, ਨਾਲ ਪੇਪਰ ਭੇਜੂਗਾ, ਫਿਰ ਮੈਂ ਵਾਪਸ ਆ ਸਕਦਾ ਵਾਂ। ਉਹ ਜਿਹੜੇ ਨਾਲ ਪੇਪਰ ਲਾਏ ਹੁੰਦੇ ਆ ਨਾ, ਉਹ ਗੌਰਮੈਂਟ ਨੂੰ ਦੱਸਣ ਲਈ ਹੁੰਦੇ ਆ ਵੀ ਇਹ ਮੇਰਾ ਹੀ ਬੰਦਾ ਵਾ, ਮੈਂ ਇਹਦੀ ਫੁੱਲ ਗਰੰਟੀ ਚੁੱਕਦਾ ਵਾਂ, ਇਹ ਬੰਦਾ ਵੀ ਇੱਕਦਮ ਮੇਰਾ ਸਹੀ ਸੀ, ਕਿਸੇ ਵਜ੍ਹਾ ਕਾਰਨ ਇਹ ਘਰ ਰਹਿ ਗਿਆ ਅਤੇ ਵਾਪਸ ਨਹੀਂ ਆ ਸਕਿਆ, ਕੋਈ ਮਜਬੂਰੀ ਹੋ ਗਈ ਸੀ, ਬਟ ਮੈਂ ਇਹਨੂੰ ਫਿਰ ਆਪਣੇ ਕੋਲ ਵਾਪਸ ਸੱਦਣਾ ਚਾਹੁੰਦਾ ਵਾਂ। ਫਿਰ ਗੌਰਮੈਂਟ ਦੇ ਵੱਲੋਂ ਇਹ ਛੂਟ ਹੁੰਦੀ ਹੈ ਕਿ ਉਸੇ ਬੰਦੇ ਨੂੰ ਤੁਸੀਂ ਵਾਪਸ ਸੱਦ ਸਕਦੇ ਜੋ, ਅਤੇ ਜਿਹੜੇ ਵੀ ਵੀਰ ਭਰਾ ਜਿਹੜੇ ਕੰਪਨੀਆਂ 'ਚੋਂ ਗਏ ਆ, ਉਹ ਕੰਪਨੀਆਂ ਦੇ ਵਿੱਚ ਕੰਟੈਕਟ ਕਰਕੇ ਉਹ ਪੇਪਰ ਮੰਗਵਾ ਕੇ ਉਹ ਕੰਪਨੀ 'ਚ ਵਾਪਸ ਆ ਸਕਦੇ ਆ, ਠੀਕ ਹੈ ਵੀਰ ਜੀ। ਅਤੇ ਜੇਕਰ ਕਿਸੇ ਨੂੰ 3 ਸਾਲ ਹੋ ਗਏ ਆ, ਤਾਂ ਉਹ ਵੀਰ ਉੱਦਾਂ ਵੀ ਆਪਣਾ ਟਰਾਈ ਕਰ ਸਕਦੇ ਆ ਸਾਊਦੀ ਅਰਬ ਦੇ ਲਈ, 3 ਸਾਲਾਂ ਦੀ ਨੋ ਐਂਟਰੀ ਹੁੰਦੀ ਹੈ ਛੁੱਟੀ ਗਏ ਬੰਦੇ ਦੀ, ਠੀਕ ਹੈ ਜੀ। ਅਤੇ ਬਾਕੀ ਜਿਹੜੀਆਂ ਲਾਇਸੈਂਸ ਦੀਆਂ ਵੀਡੀਓ ਵਾ, ਇਹ ਕਤਰ ਦੀ ਅਤੇ ਆਪਣਾ ਦੂਜਾ ਮਾਰਾ ਦੁਬਈ ਦਾ ਲਾਇਸੈਂਸ ਸੀ, ਉਹ ਆਪਾਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਸਮਝਾ ਦਾਂਗੇ ਵੀ ਕੀ ਪ੍ਰੋਸੀਜਰ ਆ ਜਾਂ ਕਿੱਦਾਂ ਵਾ ਜਾਂ ਕੀ ਹਿਸਾਬ ਕਿਤਾਬ ਆ। ਅਤੇ ਬਾਕੀ ਜਿਹੜੇ ਵੀਰ ਸਾਊਦੀ ਵਾਲੇ ਆ, ਉਹਨਾਂ ਨੂੰ ਮੈਂ ਥੋੜ੍ਹੀ ਜਿਹੀ ਰਿਕੁਐਸਟ ਕਰਾਂਗਾ ਕਿ ਵੀਰੇ ਮੇਰੇ ਵਟਸਐਪ ਨੰਬਰ 'ਤੇ ਮੈਸੇਜ ਜ਼ਰੂਰ ਕਰਿਆ ਕਰੋ ਆਪਣੇ ਕੰਪਨੀ ਨੇਮ ਸੈਂਡ ਕਰਕੇ, ਜਿਹੜੇ ਵੀਰ ਮੇਰੀ ਆ ਵੀਡੀਓ ਵੇਖਦੇ ਆ ਨਾ, ਉਹਨਾਂ ਗਾੜੀ ਰਿਕੁਐਸਟ ਆ ਵੀ ਤੁਸੀਂ ਵੀਰ ਜੀ ਜਿਸ ਤਰ੍ਹਾਂ ਮੈਨੂੰ ਨਹੀਂ ਮੈਸੇਜ ਕੀਤਾ ਹਾਲੇ ਤੱਕ, ਮੇਰੀਆਂ ਵੀਡੀਓ ਵਗੈਰਾ ਵੇਖਦੇ ਜੋ, ਜਿਹੜੇ ਸਾਊਦੀ ਅਰਬ ਜਾਂ ਕਤਰ, ਓਮਾਨ, ਮਸਕਟ, ਦੁਬਈ, ਬਹਿਰੀਨ, ਕਿਤੇ ਵੀ ਉਹ ਜ਼ਰੂਰ ਮੈਨੂੰ ਮੈਸੇਜ ਕਰਕੇ ਆਪਣਾ ਕੰਪਨੀ ਨੇਮ ਦੱਸਿਆ ਕਰੋ, ਤਾਂ ਕਿ ਮੈਂ ਤੁਹਾਡਾ ਕੰਪਨੀ ਨੇਮ ਸੇਵ ਕਰ ਲਾਂ, ਕਿਸੇ ਵੀਰ ਨੂੰ ਜ਼ਰੂਰਤ ਪਵੇ ਅਤੇ ਆਪਾਂ ਅਗਲੇ ਨੂੰ ਪੁੱਛ ਕੇ ਤੁਹਾਡੀ ਕੰਪਨੀ ਦਾ ਤੁਹਾਡੇ ਕੋਲੋਂ ਤਾਂ ਪੂਰਾ ਡਿਟੇਲ ਨਾਲ ਦੱਸ ਸਕੀਏ, ਠੀਕ ਹੈ ਨਾ ਵੀਰ ਜੀ, ਵੀ ਅਗਲੇ ਨੂੰ ਕੋਈ ਮੁਸ਼ਕਲ ਨਾ ਆਵੇ। ਅਤੇ ਇੱਕ ਵੀਰੇ ਹੋਰ ਕੰਪਨੀ 'ਚ ਮੈਂ ਗੱਲ ਕਰ ਲੱਗਾ ਜਿਹਦੇ ਵਿੱਚ ਮੈਂ ਆਪਣੇ ਬ੍ਰਦਰ ਦਾ ਵੀ ਲਗਾ ਰਿਹਾ ਵਾਂ, ਅਤੇ ਫਿੱਟ ਕੰਪਨੀ ਆ ਵੀਰੇ ਦਮਾਮ ਦੀ, ਹਾਲਾਂਕਿ ਡਿਮਾਂਡ ਉਹਦੀ ਚੱਲੀ ਨਹੀਂ ਹੈ, ਏਜੰਟ ਕਹਿ ਰਹੇ ਆਈ ਆ, ਏਜੰਟ ਕਾਫੀ ਕਹਿ ਰਹੇ ਆਈ ਆ, ਪਰ ਹਾਲੇ ਤੱਕ ਵੀਰੇ ਉਹ ਡਿਮਾਂਡ ਚੱਲੀ ਨਹੀਂ, ਮੈਨੂੰ ਮਤਲਬ ਵੀ ਕਿਤੇ ਵੀ ਇਹੋ ਜਿਹਾ ਕੋਈ ਮਸਲਾ ਨਹੀਂ ਆਇਆ ਵੀ ਹਾਂ ਡਿਮਾਂਡ ਚੱਲ ਰਹੀ ਜਾਂ ਫਿੱਟ ਕੰਪਨੀ ਦੀ ਇੰਟਰਵਿਊ ਹੋ ਰਹੀ ਆ। ਫਿੱਟ ਕੰਪਨੀ ਦੀ ਵੀਰੇ ਹੈਗੀ ਫੁੱਲ ਫੋਰਮ ਵੀ ਫਿਊਚਰ ਟਰਾਂਸਪੋਰਟ ਕੰਪਨੀ, ਜਿਹੜੀ ਫਿੱਟ ਕੰਪਨੀ ਦਮਾਮ ਦੇ ਲਾਗੇ ਆ, ਫਿਊਚਰ ਟਰਾਂਸਪੋਰਟ ਕੰਪਨੀ। ਕੰਪਨੀ ਠੀਕ ਹੈ ਵੀਰ ਜੀ, ਵਧੀਆ ਕੰਪਨੀ, ਕੋਈ ਮੁਸ਼ਕਲ ਨਹੀਂ ਹੈ। ਵੀਰ ਭਰਾ ਨੇ ਗੱਡੀ ਵਾਲੇ ਨੂੰ ਰੋਕ ਕੇ, ਇਦਾਰਤ ਵਾਲੇ ਨੇ ਕਿਹੜਾ ਜੀ ਟਰਾਂਸਪੋਰਟ ਦਾ ਵੀਰ, ਉਸਨੇ ਮੈਨੂੰ ਮੈਸੇਜ ਵੀ ਕੀਤਾ, ਵੈਸੇ ਮੈਂ ਉਸ ਕੰਪਨੀ ਦੇ ਵਿੱਚ ਇੱਕ ਬੰਦੇ ਨਾਲ ਗੱਲ ਵੀ ਕੀਤੀ ਸੀ ਜਿਹੜੀ ਫਿਊਚਰ ਇੰਟਰਨੈਸ਼
ਤੇ ਵਧੀਆ ਕੰਪਨੀ ਆ ਵੀਰੇ, ਠੀਕ ਆ, ਨਵੇਂ ਬੰਦੇ ਦਾ ਲਾਇਸੈਂਸ ਵਗੈਰਾ ਵੀ ਬਣਾਉਂਦੀ ਆ, ਛੁੱਟੀ ਵੀ ਐਮਰਜੈਂਸੀ ਘੱਲ ਦਿੰਦੀ ਆ, ਪੈਸੇ ਵੀ ਚਾਰ ਬਣ ਜਾਂਦੇ ਆ, ਇਹੋ ਜਿਹੀ ਕੋਈ ਗੱਲ ਨਹੀਂ। ਬਾਕੀ ਮੈਂ ਜਿਹੜੇ ਵੀਰ ਭਰਾ ਫਰੈਸ਼ ਹੁੰਦੇ ਨਾ, ਉਹਨਾਂ ਨੂੰ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਵੀ ਮੰਨ ਲਓ ਜੇਕਰ ਤੁਹਾਨੂੰ ਕੋਈ ਵੀ ਕੰਪਨੀ ਦਾ ਵੀਜ਼ਾ ਲੱਗ ਗਿਆ, ਜਿਹੜੀ ਕੰਪਨੀ ਠੀਕ ਆ ਮੈਂ ਕਹਿ ਰਿਹਾ, ਜੇਕਰ ਉਹ ਕੰਪਨੀ ਦੇ ਵਿੱਚ ਤੁਹਾਨੂੰ ਖਾ ਪੀ ਕੇ 1500 ਰਿਆਲ ਵੀ ਬਚ ਰਿਹਾ ਨਾ, ਤੇ ਰੱਬ ਦਾ ਸ਼ੁਕਰ ਕਰਿਆ ਕਰੋ ਕਿ ਬਹੁਤ ਸੋਹਣੀ ਗੱਲ ਆ ਵੀ ਸਾਡਾ ਲਾਇਸੈਂਸ ਬਣ ਗਿਆ ਤੇ 1500 ਰਿਆਲ ਸਾਨੂੰ ਬਚ ਰਿਹਾ ਵਾ। ਕਿਉਂਕਿ ਅੱਜ ਦੇ ਹਾਲਾਤ ਆ ਜੋ ਜ਼ਿਆਦਾਤਰ ਉਹ ਖਰਾਬ ਹੀ ਆ ਜੀ, ਕੰਪਨੀਆਂ ਜਿਹੜੀਆਂ ਛੋਟੀਆਂ ਮੋਟੀਆਂ ਉਹਨਾਂ ਦਾ ਕੰਮ ਕੁੰਮ ਹੈ ਨਹੀਂ ਆ, ਤੇ ਜ਼ਿਆਦਾਤਰ ਜਿਹੜੇ ਸਿੰਗਲ ਮਾਲਕਾਂ ਦੇ ਵੀਜ਼ੇ ਆ ਉਹ ਜਾ ਰਹੇ ਆ ਕੰਟਰੈਕਟ ਤੇ। ਹਜੇ ਕੱਲ ਪਰਸੋਂ ਮੈਨੂੰ ਇੱਕ ਵੀਰ ਦਾ ਮੈਸੇਜ ਆਇਆ, ਵੀਰੇ ਆਹ ਕੰਪਨੀ ਪਤਾ ਕਰੀ ਕਿਹੜੀ ਆ, ਮੈਂ ਕਿਹਾ ਭੇਜੋ ਵੀਰੇ ਕਿਹੜੀ। ਉਹਨੇ ਪਿੱਕ ਵਗੈਰਾ ਭੇਜੀ ਤੇ ਉਹਦੇ ਉੱਤੇ ਉਸ ਤਰ੍ਹਾਂ ਹੀ ਲਿਖਿਆ ਸੀ ਕਿ ਰਮਕੋ ਪ੍ਰੋਜੈਕਟ ਗੈਸ ਐਸ ਆਇਲ, ਤੇ ਮੈਂ ਵੀਰੇ ਕਿਹੜੀ ਕੰਪਨੀ ਹੈ, ਆਂਦਾ ਵੀਰੇ ਆ ਲਿਖਿਆ ਤੇ ਹੈਗਾ ਉੱਪਰ ਵੀ ਕੋਈ ਰਮਕੋ ਪ੍ਰੋਜੈਕਟ ਹੈ, ਤੇ ਮੈਂ ਕਈ ਵਾਰੀ ਸਾਰੇ ਵੀਰਾਂ ਭਰਾਵਾਂ ਨੂੰ ਦੱਸ ਚੁੱਕਾ ਕਿ ਵੀਰੇ ਰਮਕੋ ਸਰਕਾਰੀ ਕੰਪਨੀ ਹੈ ਇੱਧਰ ਦੀ, ਰਮਕੋ ਦੇ ਅੰਦਰ ਪਤਾ ਨਹੀਂ ਕਿੰਨੇ ਕੁ ਹਜ਼ਾਰਾਂ ਕੰਟਰੈਕਟ ਤੇ ਮਤਲਬ ਗੱਡੀਆਂ ਮਾਲਕਾਂ ਦੀਆਂ ਲੱਗੀਆਂ ਹੋਈਆਂ ਨੇ, ਠੀਕ ਹੈ ਜੀ। ਸੋ ਇਸ ਕਰਕੇ ਏਜੰਟ ਦੇ ਨਾਲ ਪਹਿਲਾਂ ਹੀ ਇਹ ਗੱਲ ਪੁੱਛਿਆ ਕਰੋ, ਵੀਰੇ ਰਮਕੋ ਪ੍ਰੋਜੈਕਟ ਤਾਂ ਲਿਖਿਆ ਕੰਪਨੀ ਹੈ ਕਿਹੜੀ ਆ, ਕਾਹਦਾ ਮਸੱਸਾ ਵਾ, ਕਾਹਦਾ ਕੰਮ ਆ, ਕਿਹੜੀ ਕੰਪਨੀ ਆ। ਜਦ ਤੱਕ ਵੀਰੇ ਉਹ ਕੰਪਨੀ ਦਾ ਪਤਾ ਨਾ ਲੱਗੂਗਾ ਰਮਕੋ ਪ੍ਰੋਜੈਕਟ ਤੇ ਅਸੀਂ ਕੀ ਲੱਭਦੀ ਹੈ। ਇੱਕ ਹੋਰ ਵੀਰ ਦਾ ਹਾਸੇ ਵਾਲੀ ਗੱਲ ਹੋ ਗਈ, ਉਹ ਵੀਰ ਨੇ ਕਿਹਾ ਹੁੰਦਾ ਵੀਰੇ ਆਹ ਕੰਪਨੀ ਪਤਾ ਕਰੀ, ਕੰਪਨੀ ਕੀ ਲਿਖਿਆ ਸੀ, ਟਰਾਂਸਪੋਰਟ ਕੰਪਨੀ। ਮੈਂ ਕਿਹਾ ਵੀ ਕਿਹੜੀ ਕੰਪਨੀ ਹੈ ਵੀਰੇ, ਆਂਦਾ ਪਤਾ ਨਹੀਂ ਉਹਨੇ ਏਜੰਟ ਨੇ ਇੱਦਾਂ ਕਿਹਾ ਵੀ ਟਰਾਂਸਪੋਰਟ ਕੰਪਨੀ, ਉਸ ਜਿਹੜਾ ਏਜੰਟ ਇੱਦਾਂ ਕਰਕੇ ਲਿਖਦਾ ਵੀ ਆ ਟਰਾਂਸਪੋਰਟ ਕੰਪਨੀ, ਬਸ ਕੁਛ ਅੱਗੇ ਨਹੀਂ ਕੁਛ ਪਿੱਛੇ ਨਹੀਂ, ਟਰਾਂਸਪੋਰਟ ਕੰਪਨੀ ਆ। ਓਮਾਨ ਦੀ ਕਿ ਕਿੱਥੇ ਦੀ ਕਵਾਇਤ ਦੀ ਲਿਖਿਆ ਸੀ। ਮੈਂ ਕਿਹਾ ਪਹਿਲਾਂ ਤਾਂ ਏਜੰਟ ਦਾ ਨੰਬਰ ਦੇਈ ਮੈਨੂੰ, ਵੀ ਉਹਨਾਂ ਮੈਂ ਦੋ ਹੱਥ ਹੌਲੇ ਕਰੂੰਗਾ ਵੀ ਸਾਲੇ ਇੱਥੇ ਕੰਪਨੀ ਕਿਹੜੀ ਲਿਖੀ ਤੂੰ, ਫੇਰ ਕਹਿਣਾ ਗਾਲਾਂ ਕੱਢਦੇ ਆ। ਇਹੋ ਜਿਹੇ ਕੰਮ ਕਰਦੇ ਆ ਏਜੰਟ ਵੀਰੇ, ਗਾਲਾਂ ਖਾਣ ਵਾਲੇ, ਠੀਕ ਹੈ, ਛਿੱਤਰ ਵੀ ਵੱਜਦੇ ਆ ਬਾਅਦ 'ਚ ਇਹੋ ਜਿਹੇ ਬੰਦਿਆਂ ਨੂੰ। ਅਤੇ ਮੈਂ ਪਹਿਲਾਂ ਵੀ ਦੱਸਿਆ ਕਈਆਂ ਨੂੰ ਵੀ ਬੰਦਿਆਂ ਦੇ ਪੁੱਤ ਬਣ ਕੇ ਸਿੱਧੀ ਤਰ੍ਹਾਂ ਬੰਦੇ ਜਿਹੜੇ ਨਵੇਂ ਆਉਂਦੇ ਉਹਨਾਂ ਨੂੰ ਕੁਛ ਪਤਾ ਨਹੀਂ ਆ, ਅਤੇ ਜੇ ਕਿਤੇ ਅੜਾਇਆ ਕਿਸੇ ਨੇ ਵੀ ਏਜੰਟ ਨੇ ਕਿਸੇ ਨੂੰ ਬੇਕਾਰ ਅੜਾਏ ਜਾਂ ਕਿਸੇ ਦੇ ਪੈਸੇ ਮਾਰੇ, ਡੇਲੀ ਵੀਡੀਓ ਅਪਲੋਡ ਕਰੂੰਗਾ ਪੇਜ 'ਤੇ ਵੀ, ਆਈ ਡੀ 'ਤੇ ਵੀ, ਅਤੇ ਆਪਣੀ ਚੈਨਲ 'ਤੇ ਵੀ, ਠੀਕ ਹੈ ਜੀ। ਜੇਕਰ ਵੀਰੇ ਤੁਹਾਨੂੰ ਕਿਸੇ ਵੀ ਏਜੰਟ ਨੇ ਤੁਹਾਡੇ ਪੈਸੇ ਮਾਰੇ ਆ ਜਾਂ ਕੋਈ ਏਜੰਟ ਇਹੋ ਜਿਹੜਾ ਪੈਸੇ ਵਾਪਸ ਨਹੀਂ ਕਰ ਰਿਹਾ, ਮੈਨੂੰ ਵੀਰੇ ਉਹਦਾ ਨੰਬਰ ਸੈਂਡ ਕਰੋ, ਅਤੇ ਇੱਕ ਵਾਰੀ ਉਹਨੂੰ ਦੱਸੋ ਵੀ ਹੈਪੀ ਵੀਰ ਨੇ ਤੇਰੀਆਂ ਵੀਡੀਓ ਪਾਉਣੀਆਂ ਹੀ ਹੋ, ਡੇਲੀ ਪਾਉਣੀਆਂ ਹੀ ਹੋ ਪੇਜ 'ਤੇ। ਜੇ ਕਿਤੇ ਕਿਸੇ ਵੀ ਏਜੰਟ ਨੇ ਕਿਸੇ ਦਾ ਪਾਸਵਰਡ ਰੱਖਿਆ ਜਾਂ ਪੈਸੇ ਮਾਰੇ, ਤੁਸੀਂ ਜੇਕਰ ਕੋਈ ਏਜੰਟ ਤੁਹਾਨੂੰ ਹਾਂ ਕੰਪਨੀ ਦੇ ਵਿੱਚ ਲਗਾ ਰਿਹਾ ਜਾਂ ਪਹਿਲਾਂ ਕੋਈ ਪੈਸੇ ਮੰਗਦਾ ਵਾ, ਹਾਂ ਵੀ ਤੁਹਾਡਾ ਲਗਾਤਾ ਵੀਜ਼ਾ ਜਾਂ ਕੋਈ ਵੀ ਗੱਲਬਾਤ 5-10 ਹਜ਼ਾਰ ਰੁਪਇਆ ਕੋਈ ਵੀ ਮੰਗ ਰਿਹਾ ਵਾ, ਉਹਨੂੰ ਇੱਕ ਵਾਰੀ ਵਾਰਨਿੰਗ ਦੇ ਦਿਓ ਅਤੇ ਅਬਲ ਤਾਂ ਪੈਸੇ ਦਿਓ ਨਾ ਪਹਿਲਾਂ ਛੇਤੀ ਕੀਤੇ। ਜੇਕਰ ਕੋਈ ਏਜੰਟ ਉਹ ਜਾਏਗਾ ਤੁਹਾਨੂੰ ਲੱਗਦਾ ਵੀ ਠੀਕ ਆ ਕੋਈ ਗੱਲ ਨਹੀਂ ਵੀਜ਼ਾ ਆ ਸਕਦਾ, ਉਹਨੂੰ ਦੋ ਪੈਸੇ ਉਹਨੂੰ ਨਾਲ ਦੀ ਨਾਲ ਇਹ ਵੀ ਸਮਝਾ ਦਿਓ ਕਿ ਇਹ ਪੈਸੇ ਦੁੱਗਣੇ ਕਰਕੇ ਮੋੜਨੇ ਪੈਣੇ ਆ, ਜੇ ਕਿਤੇ ਵੀਜ਼ਾ ਨਾ ਲੱਗਾ ਖਾਣ ਦੇ ਚੱਕਰ ਦੇ ਵਿੱਚ, ਜੇ ਤੂੰ ਇਹ ਚੀਜ਼ ਕਰ ਰਿਹਾ ਹੋਏਗਾ ਨਾ, ਅਤੇ ਇਹ ਤੈਨੂੰ ਬਹੁਤ ਭਾਰੀ ਕੀਮਤ ਦੇ ਨਾਲ ਇਹ ਵਾਪਸ ਕਰਨੇ ਪੈਣੇ ਆ, ਠੀਕ ਹੈ ਜੀ। ਅਤੇ ਮੈਨੂੰ ਵੀਰੇ ਕਿਸੇ ਦਾ ਡਰ ਨਹੀਂ, ਮੈਂ ਡੇਲੀ ਅਪਲੋਡ ਕਰੂੰਗਾ, ਮੇਰਾ ਪੇਜ ਵੀ ਹੈਗਾ ਵੀਰੇ ਫੇਸਬੁੱਕ 'ਤੇ, ਤਕਰੀਬਨ ਉਹਦੇ ਨਾਲ 53-54 ਹਜ਼ਾਰ ਜਿਹੜੇ ਆਪਣੇ ਵੀਰ ਭਰਾ ਜੁੜੇ ਹੋਏ ਆ, ਠੀਕ ਹੈ ਜੀ। ਅਤੇ ਆਪਾਂ ਡੇਲੀ ਵੀਡੀਓ ਅਪਲੋਡ ਕਰਾਂਗੇ ਜੇਕਰ ਏਜੰਟ ਕਿਸੇ ਨੇ ਪੈਸੇ ਮਾਰੇ। ਮੈਂ ਹੁਣ ਇੱਕ ਵਾਰੀ ਪਹਿਲਾਂ ਮੈਂ ਦੱਸਿਆ ਸੀ ਹਿਮਾਚਲ ਸਾਈਡ ਦਾ ਕੋਈ ਏਜੰਟ ਸੀ, ਉਹਦੀ ਮੇਰੇ ਨਾਲ ਚੰਗੀ ਤੂੰ ਮੈਂ ਉਹ ਹੀ ਸ਼ੁਕਰ ਕਰ ਤੇਰਾ ਮੇਰੇ ਦਿਮਾਗ 'ਚੋਂ ਜਹਿਨ 'ਚੋਂ ਨਿਕਲ ਗਿਆ ਕੰਮ, ਨਹੀਂ ਤਾਂ ਪੁੱਤ ਤੇਰੇ ਜਿਹੜਾ ਆਫਿਸ ਆ ਨਾ ਇਹਦੇ ਬਾਹਰ ਤਾਲਾ ਲਵਾ ਦੇਣਾ ਸੀ ਮੈਂ, ਠੀਕ ਹੈ ਨਾ। ਅਤੇ ਡੇਲੀ ਅਪਲੋਡ ਵੀਡੀਓ ਕਰੂੰਗਾ, ਜਿੰਨੇ ਜਿਹਦੇ ਕੋਲ ਜ਼ੋਰ ਲੱਗਦਾ ਲਾ ਲਏ, ਠੀਕ ਹੈ ਜੀ। ਅਤੇ ਮੈਂ ਹਟਨਾਲਿਆਂ 'ਚੋਂ ਨਹੀਂ ਹਾਂ, ਮੈਂ ਪਹਿਲਾਂ ਵੀ ਗੱਲ ਦੱਸੀ ਆ, ਕੋਈ ਵੀ ਬੰਦਾ ਇਹੋ ਜਿਹਾ ਜੰਮਿਆ ਨਹੀਂ ਜਿਹੜਾ ਕਹਿ ਦੇ ਕਿ ਮੈਂ ਹੈਪੀ ਨੂੰ 10 ਰੁਪਈਆਂ ਦਾ ਬੱਕ ਪਵਾ ਕੇ ਦਿੱਤਾ ਸੀ ਕੰਪਨੀ ਪੁੱਛਣ ਬਾਰੇ, ਠੀਕ ਹੈ ਜੀ। ਆਪਾਂ ਵਾਹਿਗੁਰੂ ਦੀ ਕਿਰਪਾ ਨਾਲ ਆਪਣੀ ਸੋਹਣੀ ਤਨਖਾਹ ਲੱਗੀ ਆ, ਕੋਈ ਕਿਸੇ ਦਾ ਵੀਰੇ ਡਰ ਨਹੀਂ ਸਾਨੂੰ, ਠੀਕ ਹੈ ਜੀ। ਸੋਹਣੀ ਕਮਾਈ ਕਰ ਰਹੇ ਹਾਂ, ਸਾਨੂੰ ਕਿਸੇ ਦਾ ਭੈ ਨਹੀਂ, ਕੋਈ ਡਰ ਨਹੀਂ ਆ। ਮੈਂ ਤਾਂ ਇੱਕੋ ਗੱਲ ਕਹੂੰਗਾ ਏਜੰਟਾਂ ਨੂੰ, ਇੱਕ ਹੋਰ ਆ ਗੁਰਦਾਸਪੁਰ ਦਾ ਏਜੰਟ ਪਤਾ ਨਹੀਂ ਕਿਹੜਾ ਸੀ, ਕਿਸੇ ਵੀਰ ਨੇ ਨਾ ਮੈਨੂੰ ਡਿਮਾਂਡ ਭੇਜੀ ਨਿਕਲ ਕੰਪਨੀ ਦੀ, ਇੱਥੇ ਰਿਆ ਦੀ ਮਲਪੀ ਕੰਪਨੀ ਬੜੀ ਤਗੜੀ ਟਰਾਂਸਪੋਰਟ ਕੰਪਨੀ ਆ, ਉਹ ਕਾਰਗੋ ਦਾ ਕੰਮ ਕਰਦੀ ਆ। ਅਤੇ ਮੈਂ ਉਹ ਵੀਰ ਨੂੰ ਕਹਿੰਦਾ ਵੀਰੇ ਆ ਕੰਪਨੀ ਕਿੱਦਾਂ ਦੀ, ਮੈਂ ਕਿਹਾ ਕੰਪਨੀ ਛੱਡ ਪਹਿਲਾਂ ਮੈਨੂੰ ਏਜੰਟ ਦੱਸ ਵੀ ਏਜੰਟ ਕੌਣ ਆਏ, ਕਿਹਦੇ ਕੋਲ ਡਿਮਾਂਡ ਆਈ ਆ। ਆਂਦਾ ਗੁਰਦਾਸਪੁਰ ਦਾ ਵੀਰੇ ਪਤਾ ਨਹੀਂ ਕਿਹੜਾ ਏਜੰਟ ਆ, ਉਹਦੇ ਕੋਲ ਡਿਮਾਂਡ ਆਈ ਆ। ਮੈਂ ਕਿਹਾ ਮੈਨੂੰ ਨੰਬਰ ਸੈਂਡ ਕਰੀ, ਉਹਨੇ ਨੰਬਰ ਸੈਂਡ ਕੀਤਾ, ਮੈਂ ਅਜੇ ਫੋਨ ਨਹੀਂ ਲਾਇਆ ਵੀ ਐਡੀ ਤਗੜੀ ਟਰਾਂਸਪੋਰਟ ਕੰਪਨੀ ਜਿਹਦੇ ਆਫਿਸ ਦੇ ਵਿੱਚ ਮੈਂ ਖੁਦ ਜਾ ਕੇ ਗਿਆ ਸੀ ਵੀਜ਼ਾ ਮੰਗਣ ਲਈ, ਉਹ ਕਹਿੰਦੇ ਵੀ ਇੱਦਾਂ ਵੀਜ਼ੇ ਨਹੀਂ ਜਾਂਦੇ, ਇਕੱਠੇ ਵੀਜ਼ੇ ਜਾਂਦੇ ਆ ਜਦੋਂ ਵੀ ਜਾਣ। ਅਤੇ ਉਹ ਮਤਲਬ ਕਿ ਬੰਬੇ ਜੀ ਮੇਰੇ ਖਿਆਲ ਨਾਲ ਇਹੋ ਜਿਹੀ ਕੰਪਨੀ ਦੇ ਵੀਜ਼ੇ ਪੂਰੇ ਹੋ ਜਾਣ ਪੰਜਾਬ ਤੱਕ ਤਾਂ ਆਉਣ ਹੀ ਨਾ। ਅਤੇ ਆਹ ਗੁਰਦਾਸਪੁਰ ਦਾ ਇਕੱਲਾ ਏਜੰਟ ਜਿਹਨੇ ਕੋਈ ਐਡ ਨਹੀਂ ਬਣਾਈ, ਉਹਨੂੰ ਗੱਡੀ ਦੀ ਪਿੱਕ ਵਗੈਰਾ ਖਿੱਚ ਕੇ ਭੇਜਤੀ ਵੀ ਤੇਰਾ ਆਹ ਕੰਪਨੀ ਦੇ ਵਿੱਚ ਅਸੀਂ ਲਗਾ ਰਹੇ ਹਾਂ। ਅਤੇ ਇਹੋ ਜਿਹੇ ਏਜੰਟਾਂ ਦੀ ਵੀਰੇ ਤੁਸੀਂ ਖੁਦ ਸੋਚਿਆ ਕਰੋ ਵੀ ਕਿੰਨਾ ਕੁ ਔਕਾਤ ਹੋਊਗੀ ਵੀ ਜਿਹੜੇ ਇਹੋ ਜਿਹੇ ਕੰਮ ਕਰਦੇ ਆ, ਠੀਕ ਹੈ ਜੀ। ਬੰਦੇ ਨੂੰ ਝਾਂਸਾ ਦੇ ਕੇ ਫੋਟੋ ਵਗੈਰਾ ਨਵੀਆਂ ਨਵੀਆਂ ਗੱਡੀਆਂ ਵਿਖਾ ਕੇ ਤਨਖਾਹਾਂ ਦੱਸ ਕੇ ਤੇਰੀ ਦੋ ਹਜ਼ਾਰ
ਇਹ ਵੀਰੇ ਤੁਹਾਨੂੰ ਝਾਂਸੇ ਚ ਲਿਆ ਕੇ ਨਾ, ਇੱਕ ਵੀਰ ਤੇ ਮਨਪ੍ਰੀਤ ਆਇਆ ਇੱਥੇ ਮੇਰੇ ਰਿਆਲ ਸਾਈਡ ਆ, ਉਹ ਵੀਰ ਨੇ ਮੈਨੂੰ ਇੱਧਰ ਆ ਕੇ ਫੋਨ ਕੀਤਾ, ਪਹਿਲਾਂ ਕਿਤੇ ਮੇਰੀਆਂ ਵੀਡੀਓ ਵਗੈਰਾ ਨਹੀਂ ਸੀ ਦੇਖੀਆਂ, ਉਹ ਵੀਰ ਨੇ ਮੈਨੂੰ ਫੋਨ ਕੀਤਾ ਵੀਰੇ ਇੱਦਾਂ ਇੱਦਾਂ ਕਰਕੇ ਮੈਂ ਕਦੀ ਮੇਰਾ ਸੌਦੀ ਕਿਸੇ ਮਸੱਸੇ ਛੋੜ ਦਿੰਦਾ ਛੋਟੀ ਜਿਹੀ ਕੰਪਨੀ 'ਚ, ਕਦੀ ਕਿਤੇ ਵੀ ਇੱਥੇ ਵੇਖ ਕੰਮ ਹੈ ਨਹੀਂ ਆ ਮਾਲਕ ਕੋਲ, ਅਤੇ ਉਹ ਕਦੀ ਕਿਤੇ ਉਹਦਾ ਵੀਜ਼ਾ ਵੀ ਜਿਹੜਾ ਛੋਟੀ ਗੱਡੀ ਦਾ ਆ ਗਿਆ ਵਾ, ਉਹਦੇ ਮਾਲਕ ਨਾਲ ਮੈਂ ਗੱਲ ਕੀਤੀ, ਮੈਂ ਨਹੀਂ ਤਾਂ ਘਰ ਭੇਜਦੇ ਨਹੀਂ ਤਾਂ ਕੰਮ ਲੱਭ ਆਉਂਦਾ, ਨਹੀਂ ਨਹੀਂ ਈਦ ਦੀਆਂ ਛੁੱਟੀਆਂ ਮੈਂ ਤਾਂ ਕੰਮ ਤਰਤੀਬ ਕਰਦਾ, ਮੈਂ ਵੀਜ਼ਾ ਕਿਹੜਾ ਉਹਦਾ ਛੋਟੀ ਗੱਡੀ ਦਾ ਆਉਂਦਾ, ਨਹੀਂ ਨਹੀਂ ਡੈਨਾ ਦਾ ਵਾ ਡੈਨਾ ਦਾ ਵਾ, ਐਂ ਆ ਜੋ ਆ ਹੁਣ ਵੀਰ ਨਾਲ ਪਰਸੋਂ ਗੱਲ ਹੋਈ, ਆਉਂਦਾ ਹੁਣ ਮੈਨੂੰ ਘਰ ਲਿਆ ਕੇ ਉਹਨੇ ਭਾਤਾ ਵਾ, ਅਤੇ ਵੀਰ ਪਤਾ ਨਹੀਂ ਹੁਣ ਕੀ ਕਰੇ ਜਾਂ ਕਿੱਦਾਂ, ਮੈਂ ਕੋਈ ਗੱਲ ਨਹੀਂ ਤੈਨੂੰ ਤਨਖਾਹ ਕਹਿਣ ਡਿਆ, ਤਨਖਾਹ ਲੈ ਆਪਣੀ ਉਹਦੇ ਕੋਲ ਅਤੇ ਪੈਸੇ ਜਮ੍ਹਾਂ ਰੱਖ, ਜੇ ਕੋਈ 3-5 ਕਰੂੰ ਜਾਂ ਕੋਈ ਗੱਲਬਾਤ ਹੋਊ ਤਾਂ ਮੈਂ ਉਹਨਾਂ ਆਪੇ ਆ ਕੇ ਗੱਲ ਕਰ ਲੂੰ, ਕੋਈ ਦੂਰ ਨਹੀਂ ਆ, ਨਹੀਂ ਤਾਂ ਤੂੰ ਘਰ ਚੱਲ ਜੀ। ਅਤੇ ਇਸੇ ਕਰਕੇ ਮੈਂ ਸਾਰੇ ਵੀਰਾਂ ਨੂੰ ਇਹੋ ਗੱਲ ਮੈਂ ਕਹਿੰਦਾ ਰਹਿੰਦਾ ਨਾ, ਵੀਰਿਓ ਇੱਦਾਂ ਨਾ ਫਸਿਆ ਕਰੋ ਏਜੰਟ ਦੇ ਪਤੰਦਰੋ, ਤੁਹਾਨੂੰ ਕੋਈ ਵੀ ਟਰਾਂਸਪੋਰਟ ਕੰਪਨੀ, ਮੈਨੂੰ ਤਾਂ ਖੁਦ ਮੇਰਾ ਜਿਹੜਾ ਏਜੰਟ ਸੀ ਮਲੇਰਕੋਟਲੇ ਦਾ 40 ਲੱਗਦਾ ਸੀ ਉਹਦੇ ਨੰਬਰ ਪਿੱਛੇ, ਮੇਰੇ ਕੋਲ ਨੰਬਰ ਵੀ ਨਹੀਂ ਯਾਦ, ਉਹਦਾ ਨਾਂ ਨਹੀਂ ਯਾਦ, ਉਹਨੂੰ ਮੈਂ ਇੰਨੀ ਮਤਲਬ ਵੀ ਗਾਲਾਂ ਕੱਢੀਆਂ ਸੀ ਫੋਨ 'ਤੇ ਵੀ, ਉਹਨੂੰ ਮੈਂ ਦੱਸਿਆ ਸੀ ਵੀ ਧਰਮ ਨਾਲ ਜੇ ਕਿਤੇ ਉਹ ਮੈਨੂੰ ਫਸਾ ਦਿੰਦਾ ਭਾਵੇਂ ਮਤਲਬ ਵੀ ਜੇਲ੍ਹ ਹੋ ਜਾਂਦੀ, ਕੋਈ ਟੈਨਸ਼ਨ ਨਹੀਂ ਸੀ, ਉਹਨੂੰ ਘਰੋਂ ਆ ਕੇ ਮੈਂ ਚੁੱਕਣਾ ਸੀ, ਇਹੋ ਜਿਹੇ ਏਜੰਟ ਇੰਨੇ ਮੇਰੇ ਮੂੰਹ ਗਾਲਾਂ ਨਿਕਲਦੀਆਂ, ਫਿਰ ਕਹਿਣਾ ਵੀ ਚਲੋ ਗਾਲਾਂ ਨਹੀਂ ਕੱਢਣੀ ਚਾਹੀਦੀਆਂ, ਪਤਾ ਨਹੀਂ ਕੌਣ ਕੌਣ ਵੀਡੀਓ ਵੇਖੇ ਮੇਰੀ, ਪਰ ਮੈਂ ਵੀਰੇ ਕੀ ਕਰਾਂ, ਮੈਨੂੰ ਇੰਨਾ ਗੁੱਸਾ ਆਉਂਦਾ ਨਾ ਵੀ ਤੁਸੀਂ ਤਾਂ ਵੀਰੋ ਇਹਨਾਂ ਨੂੰ ਕੀ ਆ, ਤੁਹਾਡੇ ਪੈਸੇ ਜਿਹੜੇ ਇੰਨੇ ਤੁਸੀਂ ਕਰਜ਼ਾ ਚੁੱਕ ਕੇ ਲਿਆਂਦਾ ਇਹਨਾਂ ਨੇ ਤਾਂ ਖਾ ਲਏ, ਇਹ ਤਾਂ ਜੇਬ 'ਚ ਪਾਈ ਜਾਂਦਾ ਕੋਈ 40,000 ਕੋਈ 50,000 ਕੋਈ 100,000 ਰੁਪਈਆ ਖਾ ਗਿਆ ਬੰਦਿਆਂ ਦਾ, ਵੀਜ਼ਾ ਵਾ ਜਿਹੜਾ ਉਹ 40,000 ਦੇ ਵਿੱਚ ਬੰਬੇ ਤੋਂ ਆਉਂਦਾ ਸਾਰਾ, ਤੁਸੀਂ ਖੁਦ ਬੰਬੇ ਜਾਓਗੇ ਤੁਹਾਨੂੰ 40,000 ਦੇ, ਜਦੋਂ ਮੈਂ ਟਰਾਈ ਦੇ ਰਿਹਾ ਸੀ ਉੱਥੇ ਸਾਊਦੀ ਟਰਾਈ ਲੈ ਰਹੇ ਸੀ ਉਹਦੇ ਫ੍ਰੀ ਫ੍ਰੀ ਸਾਰਾ ਕੁਛ ਖਰਚਾ, ਵੀਜ਼ਾ ਹੋਟਲ ਦਾ ਟਿਕਟ ਦਾ ਅਸੀਂ ਲੈ ਕੇ ਜਾਵਾਂਗੇ, ਆ ਜਾ ਟਰਾਈ ਦੇ ਜੇ ਪਾਸ ਹੋ ਗਿਆ ਤਾਂ ਅਸੀਂ ਲੈ ਕੇ ਜਾਵਾਂਗੇ, ਸਾਡੀ ਫਲਾਨੀ ਕੰਪਨੀ ਆ, ਅਸੀਂ ਖੁਦ ਇੰਟਰਵਿਊ ਲੈਣ ਆਏ ਹੋ ਸਾਊਦੀ ਕਹਿ ਰਹੇ ਸੀ, ਤਾਂ ਉਦੋਂ ਤਾਂ ਵੀਰੇ ਮੈਂ ਖੁਦ ਫਸਿਆ ਹੋਇਆ ਏਜੰਟ ਦੇ ਚੱਕਰ 'ਚ, ਮੈਂ ਤਾਂ ਆਪਣੀ ਇੰਟਰਵਿਊ ਦੇਣ ਆਇਆ ਸੀ, ਇਸ ਕਰਕੇ ਮੈਂ ਤੁਹਾਨੂੰ ਕਹਿੰਦਾ ਵੀਰੇ ਇਹੋ ਜਿਹੇ ਏਜੰਟਾਂ ਤੋਂ ਬਚੋ, ਜਿਹੜੇ ਟਰਾਂਸਪੋਰਟ ਕੰਪਨੀ ਆ ਨਿਖਲ ਕੰਪਨੀ ਆ ਜੀ ਰਮਕੋ ਪ੍ਰੋਜੈਕਟ ਆ ਇੱਕ KOC ਕੁਵੈਤ ਦੀ ਓਇਲ ਕੰਪਨੀ ਪ੍ਰੋਜੈਕਟ ਜਾਂ ਕੁਵੈਤ ਦੀ KOC ਕੰਪਨੀ ਦਾ ਤੁਹਾਡਾ ਵੀਜ਼ਾ ਲਗਾ ਰਹੇ ਹਾਂ, ਇਹ ਤੁਹਾਨੂੰ ਬੇਵਕੂਫ਼ ਬਣਾਉਣ ਡਿਆ ਭਾਅ ਜੀ, ਇਹੋ ਜਿਹੀਆਂ ਕੰਪਨੀਆਂ ਦੇ ਵੀਜ਼ੇ ਥੋੜ੍ਹੀ ਲੱਗਦੇ ਹੁੰਦੇ ਕਦੀ ਵੀ, ਨਾ ਰਮਕੋ ਦਾ ਵੀਜ਼ਾ ਲੱਗਣਾ ਨਾ KOC ਕੁਵੈਤ ਦਾ, ਠੀਕ ਹੈ ਜੀ, ਇਹ ਤਾਂ ਸਰਕਾਰੀ ਕੰਪਨੀਆਂ, ਇਹਨਾਂ ਵਿੱਚ ਪ੍ਰੋਜੈਕਟ ਹੁੰਦੇ ਆ ਵੀਰੇ, ਆਪਣੇ ਮਾਲਕਾਂ ਦੇ ਕੰਪਨੀਆਂ ਦੇ ਪ੍ਰੋਜੈਕਟ ਹੁੰਦੇ ਆ, ਕੰਪਨੀ ਨੇਮ ਨਹੀਂ ਦੱਸਦੇ ਤੁਹਾਨੂੰ, ਜਿੱਦਾਂ ਇੱਥੇ ਦੀ ਮੁਨੀਫ ਕੇ ਪਤਾ ਨਹੀਂ ਕਿਹੜੀ ਕੰਪਨੀ ਸੀ, ਉਹਦੇ ਵੀਜ਼ੇ ਗਏ ਸੀ ਪਹਿਲਾਂ, ਉਹ ਕੰਪਨੀ ਪਤਾ ਕਿੱਦਾਂ ਸੀ, ਉਹ ਕੰਪਨੀ ਦੇ ਜਿਹੜੇ ਵੀਰ ਆਏ ਆਉਂਦੇ ਸੀ ਫਰੈਸ਼, ਉਹਨਾਂ ਨੂੰ ਦਿੰਦਾ ਸੀ ਮਾਲਕ ਸੱਥੇ ਪੁਰਾਣੀਆਂ ਗੱਡੀਆਂ LP, ਤਾਂ ਉਹ ਸਾਲ ਇੱਕ ਬੰਦੇ ਉਹ ਚਲਾਉਂਦੇ ਸੀ, ਜੇ ਕਿਤੇ ਕਿਸੇ ਦੀ ਕਿਸਮਤ ਚੰਗੀ ਹੋਈ ਮੈਨੇਜਰ ਕਹਿੰਦੇ ਵੀ ਤੇਰੀ ਆ ਜਾ ਰਮਕੋ ਦੀ ID ਬਣ ਗਈ, ਤੂੰ ਰਮਕੋ ਵਾਲੀ ਗੱਡੀ ਲੈ, ਅਤੇ ਉਹਦੀ ਜਾਂਦੀ ਸੀ ਵੀਰੇ ਨਵੀਂ 0 ਮੀਟਰ ਗੱਡੀ ਮਿਲ ਜਾਣੀ, ਅਤੇ ਅਗਲੇ ਨੇ ਜਾਂਦਿਆਂ ਨੋਟ ਕਮਾਉਣੇ ਸ਼ੁਰੂ ਕਰ ਦੇਣੇ, ਨਹੀਂ ਤਾਂ ਜਿਹਨੂੰ ਸੱਥਾ ਮਿਲ ਗਿਆ ਉਹ ਪੱਥਰ 2 ਨੰਬਰ ਦਾ ਪੱਥਰ ਲੋਡ ਕਰਨਾ, ਟੁੱਟੀਆਂ ਗੱਡੀਆਂ ਕੋਈ AC ਨਹੀਂ, ਉਹਦੇ ਵਿੱਚ ਹੀ ਉਹ 2 ਸਾਲ ਜ਼ਿੰਦਗੀ ਗੁਜ਼ਾਰਨੀ ਪੈਣ ਡੀ ਵੀਰਾਂ ਨੂੰ, ਅਲਮੁਨੀਫ ਕੰਪਨੀ ਮੇਰੇ ਖਿਆਲ ਨਾਲ ਇੱਥੇ ਰਿਆਤ ਦੀ, ਅਤੇ ਜਿਨ੍ਹਾਂ ਦੀ ਲੋਟਰੀ ਲੱਗ ਗਈ ਜਿਨ੍ਹਾਂ ਨੂੰ ਰਮਕੋ ਵਾਲੀਆਂ ਗੱਡੀਆਂ ਮਿਲ ਜਾਂਦੀਆਂ ਸੀ ਉਹਨਾਂ ਦਾ ਸਹੀ ਸੀ, ਉਹਨਾਂ ਨੂੰ ਪੁੱਛੋ ਕੰਪਨੀ ਕਿੱਦਾਂ ਦੀ, ਉਹਨਾਂ ਕਹਿਣਾ ਮੀਆਂ ਮੀਆਂ, ਅਤੇ ਜਿਹੜੇ ਸੱਥੇ ਚਲਾਉਣ ਡੇ ਉਹਨਾਂ ਕਹਿਣਾ ਵੀਰੇ ਹੱਥ ਜੋੜੇ ਝਨਾਇਓ ਅਲਮੁਨੀਫ 'ਚ, ਆਹ ਕੰਮ ਹੁੰਦਾ ਵਾ, ਇਸੇ ਕਰਕੇ ਮੈਂ ਤੁਹਾਨੂੰ ਕਹਿੰਦਾ ਪੁੱਛ ਕੇ ਆਇਆ ਕਰੋ ਵੀਰ ਭਰਾਓ, ਜਿਨ੍ਹਾਂ ਨੇ ਵੀ ਆਉਣਾ ਭਾਵੇਂ ਸਾਊਦੀ ਕਤਰ ਬਹਿਰੀਨ ਮਸਕਟ ਓਮਾਨ ਕਿਤੇ ਵੀ, ਤੁਸੀਂ ਮੈਨੂੰ ਮੈਸੇਜ ਕਰੋ, ਆਪਣੇ ਸਾਰੀ ਜਗ੍ਹਾ ਵੀਰ ਭਰਾ ਹੈਗੇ ਆ, ਆਪਾਂ ਉਹਨਾਂ ਨੂੰ ਫੋਨ ਕਾਲ ਕਰਕੇ ਮੈਸੇਜ ਕਰਕੇ ਪੁੱਛੀ ਦਾ ਵਾ, ਜਦੋਂ ਵੀਰੇ ਡਿਟੇਲ 'ਚ ਪਤਾ ਲੱਗ ਜੇ ਉਸ ਹਿਸਾਬ ਨਾਲ ਵੀਰੇ ਤੁਹਾਨੂੰ ਦੱਸ ਦੇਈਦਾ, ਠੀਕ ਹੈ ਵੀਰ ਜੀ, ਸੋ ਓਕੇ ਭਾਅ ਜੀ, ਵੀਡੀਓ ਦੱਸਿਓ ਕਿੱਦਾਂ ਲੱਗੀ ਆ, ਅਤੇ ਗਾਂਹ ਵੀਡੀਓ ਬਣਾ ਦਾਂਗੇ ਆਪਾਂ ਲਾਈਸੈਂਸ 'ਤੇ ਵੀ, ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ, ਚੈਨਲ ਆਪਣਾ ਵੀਰੇ ਸਬਸਕ੍ਰਾਈਬ ਕਰ ਦਿਓ, ਹੈਪੀ ਸਾਊਦੀ ਅਰਬ, ਹੈਪੀ ਸਾਊਦੀ ਅਰਬ, ਮੈਂ ਆਪਣਾ ਪੇਜ ਦਾ ਨਾਂ ਦੱਸ ਰਿਹਾ ਵਾਂ ਜਿਹੜਾ ਡਰਾਈਵਰ ਸਾਊਦੀ ਅਰਬ ਤੋਂ, ਇਹ ਹੈਗਾ ਵੀਰੇ ਹੈਪੀ ਸਾਊਦੀ ਅਰਬੀਆ ਹੈਲਪਲਾਈਨ, ਮੇਰਾ ਜਿਹੜਾ ਆਪਣਾ ਚੈਨਲ ਆ, ਓਕੇ ਭਾਅ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।